वालेकुम भाई, मेरा नाम है मोहम्मद बिलाल हुसैन। यूट्यूब चैनल पे पहले बिलाल पेंडू जनात हूँ। आज मैं लेकर आऊँ बकरियाँ, तो सुबह से पहले से ये थे झाड़ी वगैरह हैं इनसे, तो सुबह दोपहर भी माशाल्लाह ये झाड़ियाँ आते हैं, मेरी बकरियाँ क्लीन चढ़ती हैं। यानी कि इधर भी इतना काफ़ी दरख्त वगैरह थे कि कर दे वगैरह, तो बड़े दरख्त हैं टाली वगैरह थे। सुबह दोपहर भी माशाल्लाह यूँ लग रहा है ये जंगल तक कुछ निकलिए, सब इस तरीके का माहौल बना हुआ है। यानी कि सारे दरख्त ही दरख्त हैं। आज जैसे बकरियाँ लेते चले गए उठे, तो सुबह दोपहर बकरी मेरी क्लीन कर दी हैं। ਅਤੇ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਵੀ ਕਿਸ ਤਰੀਕੇ ਦੇ ਦਰਖਤ ਹਨ। ਦੇਖੋ ਬਈ ਵਿੱਚ ਸਾਰੇ ਝਾੜੀਆਂ ਝਾੜੀਆਂ ਨੇ, ਔਰ ਕੋਈ ਵੀ ਤਾਂ ਫਸਲ ਵਗੈਰਾ ਤਾਂ ਕਾਸ਼ਤ ਕੋਈ ਨਹੀਂ ਹੁੰਦੀ। ਇਸ ਵਜ੍ਹਾ ਤੋਂ ਮੈਂ ਤੁਹਾਨੂੰ ਇਹ ਥੰਬਨੇਲ ਜਿਹੜਾ ਬਣਾਇਆ ਨਾ, ਇਸ ਵਜ੍ਹਾ ਤੋਂ ਬਣਾਇਆ ਵੀ ਨਾਲ ਹੋਏ ਘਰ ਖਾਣਾ ਦਾ ਸਵੇਰ ਦੇ ਪੈ ਹੋਵੇ ਬੱਕਰੀਆਂ ਖਣੀਨ ਚੜ ਅਤੇ ਵੇ ਦੇ ਪੈ ਹੋਵੇ ਪੈ, ਯਾਨੀ ਕਿ ਬੱਕਰੀਆਂ ਵਗੈਰਾ ਖਣੀਨ ਚੜਦੀਆਂ। ਮਾਸ਼ਾ ਅੱਲਾਹ ਇਹ ਲੱਕੜੀਆਂ ਵਗੈਰਾ ਜੰਗਲ ਤਰ੍ਹਾਂ ਜੰਗਲ ਹੀ ਹੈ। ਵੇਖੋ ਵੀ ਮੈਂ ਕੱਪੜੇ ਵਗੈਰਾ ਮੇਰੇ ਖਰਾਬ ਵੇਖਣੇ, ਅਤੇ ਮੈਂ ਹੁਣ ਆਏ ਵਾਲਾ ਖਾਣਾ ਦੇ ਘਰ ਤੋਂ ਪਿੱਛਾ ਵੜੇ ਖਾਣੀ ਕਿ ਇਸਲਾਮ ਖਾਨ ਘਰ ਦੇ ਪਿੱਛੋਂ ਇਹਦੇ ਪੈ ਹੋਵੇ ਬੱਕਰੀਆਂ ਮੇਰੀਆਂ ਖਣੀਆਂ ਚੜਦੀਆਂ ਤਾਂ ਕਰਦੀਆਂ ਖਣੀਆਂ ਤੰਗ। ਮੈਂ ਵਲੋਗ ਵੀ ਸ਼ੁਰੂ ਕਰ ਲਈ ਰਹੇ, ਲੇਕਿਨ ਜਿਹੜੀ ਬੱਕਰੀਆਂ ਨੇ ਬੜਾ ਤੰਗ ਕੀਤੀ ਖਣੀਆਂ ਨੇ। ਦੇਖੋ ਇਹ ਸਾਰਾ ਜੰਗਲ ਇਹਦੇ ਵਿੱਚ ਨਾ, ਸਾਰਾ ਇਹਦੇ ਨਿੱਕੇ ਨਿਜ਼ਾਮ ਖਰਾਬ ਹੈ। ਅਸਲ ਵਿੱਚ ਕਦੇ ਗਏ ਤਾਂ ਕੋਈ ਨਹੀਂ ਹੈ, ਲੇਕਿਨ ਹੁਣ ਮਜਬੂਰੀ ਦੇ ਤਹਿਤ ਜਿੰਨੇ ਕੁ ਬੱਕਰੀਆਂ ਨੂੰ ਚਰਾਉਣ ਆਈ ਅਤੇ ਗ੍ਰੀਨ ਜਗ੍ਹਾ ਆਈ ਕੋਈ ਨਹੀਂ। ਇਸ ਵਾਰੀ ਤੋਂ ਨਾ ਬੱਕਰੀਆਂ ਲੈ ਕੇ ਚਲੇ ਗਏ ਅੰਦਰ, ਤੂੰ ਸੋਹਰੇ ਤੇ ਪਿਓ ਬਈ ਬੱਕਰੀਆਂ ਕਣੀਆਂ ਚੜਦੀਆਂ। ਅਤੇ ਵੇਖੋ ਬਈ ਤੁਸਾਂ ਬੱਕਰੀਆਂ ਚੜਦੀਆਂ ਕਣੀਆਂ, ਅਤੇ ਮੈਂ ਵੀਡੀਓ ਕਰਦਾ ਪਿਆ ਖਤਮ। ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉਂਦੀ, ਅਗਰ ਵੀਡੀਓ ਪਸੰਦ ਆਵੇ ਤਾਂ ਲਾਈਕ ਸਬਸਕ੍ਰਾਈਬ ਲਈ ਜਾਣਾ ਖੜੋਂਦੀਆਂ ਨਹੀਂ। ਇੱਥੇ ਮਿਲਦੇ ਹਾਂ ਅਗਲੀ ਵੀਡੀਓ ਚਲਾ। ਭਾਈ ਇਹ ਮਾਹੌਲ ਜਿਹੜਾ ਹੈ, ਇਹ ਸਾਡਾ ਟਰਾਂਸਫਾਰਮ ਲੱਗੋ ਹੋਇਆ, ਬੱਕਰੀਆਂ ਹੁਣ ਆਈ ਕਲੀਨ ਬਾਹਰੋਂ।